ਤੁਲਸੀ ਦਾਸ ਜੀ ਨੇ ਇੱਕ ਗੱਲ ਕਹੀ ਏ, ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਏ ਗਵਾਵੇ ਲੋ। ਵੀ ਮਾਂ ਜਨਮ ਦੇਵੇ ਪੁੱਤਰ ਨੂੰ, ਜਾਂ ਭਗਤ ਹੋਵੇ ਜਾਂ ਸੂਰਮਾ ਹੋਵੇ ਜਾਂ ਦਾਨੀ ਹੋਵੇ, ਦਾਨੀ ਦਾਤਾ ਇੱਕ ਚੀਜ਼ ਹੋਵੇ। ਤੁਸੀਂ ਜਦੋਂ ਰਸਨਾ ਨਾਲ ਧੰਨ ਕਹਿਣਾ ਬਾਬਾ ਦੀਪ ਸਿੰਘ ਜੀ ਨੂੰ, ਆ ਭਾਵਨਾ ਰੱਖਣੀ ਹੈ ਕਿ ਤੁਲਸੀ ਦਾਸ ਤੁਸੀਂ ਤੇ ਕਹਿੰਦੇ ਹੋ ਇੱਕ ਗੁਣ ਹੋਵੇ ਮਾਂ ਪੁੱਤਰ ਨੂੰ ਜਨਮ ਦੇਵੇ, ਭਗਤ ਹੋਵੇ ਜਾਂ ਸੂਰਮਾ ਜਾਂ ਦਾਨੀ। ਪਰ ਸਾਡੇ ਬਾਬਾ ਦੀਪ ਸਿੰਘ ਦੀ ਮਾਂ ਕਿੰਨੀ ਧੰਨ ਹੋਏਗੀ, ਬਾਬਾ ਦੀਪ ਸਿੰਘ ਕਿੰਨੇ ਧੰਨ ਹੋਣਗੇ। ਬਾਬਾ ਦੀਪ ਸਿੰਘ ਭਗਤ ਵੀ ਨੇ, ਸੂਰਮੇ ਵੀ ਨੇ ਤੇ ਦਾਨੀ ਵੀ ਨੇ, ਸਾਰੇ ਗੁਣ ਹੀ ਬਾਬਾ ਜੀ ਵਿੱਚ ਦਰਸ਼ਨ ਹੁੰਦੇ।